ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 21 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ 21 ਨਵੰਬਰ ਤਕਰੀਬਨ ਸਵੇਰ ਵੇਲੇ ਪੰਜਾਬ ਦੇ ਵੱਡੇ ਹਿੱਸੇ ਵਿੱਚ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਬਾਅਦ ਵਿੱਚ ਮੌਸਮ ਸਾਫ਼ ਹੋ ਜਾਵੇਗਾ ਪਰ ਧੁੱਪ ਨਿਕਲੇਗੀ ਹਲਕੀ ਜਿਹੀ ਕੋਈ ਵੱਡੇ ਪੱਧਰ ਤੇ ਖਾਸ ਉਮੀਦ ਨਹੀਂ ਹੈ ਹਲਕਾ ਜਿਹਾ ਇੱਕ ਪੱਛਮੀ ਸਿਸਟਮ ਦਾ ਪ੍ਰਭਾਵ ਹੈ ਉਹ ਪੰਜਾਬ ਉੱਪਰ ਦੀ ਗੁਜ਼ਰ ਰਿਹਾ ਹੈ ਹਲਕੀ ਫੁਲਕੀ ਬੱਦਲਬਾਹੀ ਵੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਹਵਾ ਦਾ ਲੈਵਲ ਪਹਿਲੇ ਨਾਲ ਨਾਲ ਥੋੜਾ ਜਿਹਾ ਖਰਾਬ ਹੋਇਆ ਹੈ ਜਿਸ ਕਰਕੇ ਸ਼ਾਮ ਥੋੜੇ ਜਿਹੀ ਸੂਰਜ ਅਗੇਤਾ ਹੀ ਛੁਪਣ ਵਰਗਾ ਹੋ ਜਾਂਦਾ ਹੈ 3-4 ਵਜੇ ਰਾਤ ਵਰਗਾ ਸ਼ਾਮ ਵਰਗਾ ਮਾਹੌਲ ਬਣ ਜਾਂਦਾ ਹੈ ਪਿਛਲੇ ਕਈ ਦਿਨਾਂ ਤੋਂ ਅੱਗਾਂ ਜ਼ਰੂਰ ਲੱਗ ਰਹੀਆਂ ਹਨ ਤੇ ਪੁਲਿਸ ਵੀ ਵੱਡੇ ਪੱਧਰ ਤੇ ਇਸ ਵਾਰ ਕਾਰਵਾਈ ਹੁਣ ਕਰ ਰਹੀ ਹੈ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਅੱਗ ਪਿਛਲੇ ਦਿਨਾਂ ਨਾਲੋਂ ਥੋੜੀ ਜਿਹੀ ਵੱਧ ਲੱਗ ਰਹੀ ਹੈ ਤੇ ਜੇਕਰ ਮੀਂਹ ਦੀ ਗੱਲ ਕਰੀਏ ਤਾਂ 26 ਤਰੀਕ ਨੂੰ ਇੱਕ ਹਲਕਾ ਜਿਹਾ ਸਪੈਲ ਲੱਗਣ ਦੀ ਉਮੀਦ ਹੈ ਉਸ ਦਾ ਜ਼ਿਆਦਾ ਪ੍ਰਭਾਵ ਗੁਜਰਾਤ ਰਾਜਸਥਾਨ ਹਰਿਆਣਾ ਤੇ ਪੰਜਾਬ ਦੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਮੌਜੂਦਾ ਸਮੇਂ ਵਿੱਚ ਦਿਖਾਈ ਦੇ ਰਿਹਾ ਹੈ ਤੇ ਇੱਕ ਸਿਸਟਮ ਇਧਰ ਪਹਨਾਰਾਹੀ ਵੀ ਆ ਰਿਹਾ ਹੈ ਉਸ ਦਾ ਅਸਰ ਜੰਮੂ ਹਿਮਾਚਲ ਉੱਤਰਾਖੰਡ ਦੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਵਿੱਚ ਵੀ ਉਸ ਦੀ ਉਮੀਦ ਹੈ